बहुत वधिया जी, जिन्हें मान के चलो कि 5000 ब्रायलर पाया और 500 देसी पाले ताऊ बराबर ही है। वैसे ਆਪਾਂ ਪਹਿਲਾਂ ਕਹਿੰਦੇ ਸੀ ਵੀ ਆਪਾਂ ਵੀ ਬਾਹਰ ਜਾਣਾ, ਫਿਰ ਹੁਣ ਦੁਬਾਰੇ ਸੋਚਿਆ ਵੀ ਬਾਹਰ ਜਾਣਾਗਾ ਜਾਂ ਨਹੀਂ ਜਾਣਾ। ਬਾਹਰ ਜਾਣ ਦਾ ਜੀ ਫਿਲਹਾਲ ਤਾਂ ਕੰਮ ਦੇਖ ਕੇ ਤਾਂ ਹੋ ਰਿਹਾ ਕਿ ਇਹਨੂੰ ਹੀ ਹੋਰ ਵੱਡਾ ਕਰਾਂਗੇ। ਕਹਿਣ ਤੋਂ ਭਾਵ ਜਿੰਨੀ ਕੁ ਮੁਰਗਾ ਫੀਡ ਖਾਂਦਾ ਵੀ ਖਰਚੇ ਨਿਕਲ ਕੇ 2 ਰੁਪਏ ਜੇਬ 'ਚ ਆ ਜਾਂਦੇ ਨੇ। ਬਹੁਤ ਵਧੀਆ ਜੀ, ਬਹੁਤ ਵਧੀਆ। 2 ਕੰਨੂ ਜੀ 4 ਆਉਂਦੇ ਨੇ। ਅੱਛਾ, ਸਮਝੋ ਜੀ, ਫੇਰ ਠੀਕ ਆ। ਬਿਲਕੁਲ ਕਰਦੇ ਦੇ ਰਹੇ ਨੇ ਸਾਹਿਬ। ਬਿਲਕੁਲ ਜੀ, ਬਿਲਕੁਲ ਪੂਰੀ ਫੁੱਲ ਸਪੋਰਟ ਹੈ ਜੀ, ਲੇਕਿਨ ਹੁਣ ਘਰਦਿਆਂ ਨੂੰ ਪੈਸਾ ਦੇਈਦਾ ਹੀ ਆ, ਉਹਨਾਂ ਕੋਲ ਲਈਦਾ ਹੀ ਲਈਦਾ। ਠੀਕ ਹੈ, ਦੇਖੋ ਜੀ, ਜਦੋਂ ਬਿੱਲ ਕੱਟ ਦੇਣਾ ਤਾਂ ਪ੍ਰੂਫ ਨਾਲ ਹੀ ਲਾਣਾ ਜੀ। ਕੋਈ ਵੀ ਬਰੀਡਾ, ਚਾਹੇ ਮੇਰੀ ਡਬਲ ਐਫ ਬਰੀਡਾ, ਚਾਹੇ ਆਰ ਆਈ ਆਰ ਐਂਡ ਬਰੋਆ ਕੜਕਨਾਥ, ਵਿਦ ਪ੍ਰੂਫ ਔਰ ਵਿਦ ਬਿੱਲ ਕੱਟ ਕਰ ਦੂੰਗਾ। ਠੀਕ ਹੈ ਜੀ, ਕੋਈ ਬਰੀਡਾ। ਕੀ ਬਾਤ ਹੈ ਫਿਰ। ਹਾਂਜੀ ਵੀਰੋ, ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ। ਅੱਜ ਆਪਾਂ ਪਹੁੰਚੇ ਹਾਂ ਪੋਲਟਰੀ ਕਿੰਗ ਪਟਿਆਲਾ ਸੁਰਕੜਾ ਫਾਰਮ, ਪਟਿਆਲਾ ਤੋਂ ਦੇਵੀਗੜ੍ਹ ਰੋਡ ਦੇ ਬਿਲਕੁਲ ਉੱਪਰ। ਆਪਾਂ ਗੱਲਬਾਤ ਕਰਨੀ ਆ ਜਸ਼ਨ ਬਾਈ ਦੇ ਨਾਲ। ਜਸ਼ਨ ਬਾਈ ਜਿਹੜੇ ਨੇ ਕਿ ਛੋਟੀ ਜਿਹੀ ਉਮਰ ਦੇ ਵਿੱਚ ਬਹੁਤ ਸਾਰੀ ਤਰੱਕੀ ਕੀਤੀ ਮੁਰਗੀ ਫਾਰਮ ਦੇ ਵਿੱਚ, ਕੀ ਗੱਲਬਾਤ ਹੈ, ਕਿੰਨੀ ਕੁ ਤਰੱਕੀ ਕੀਤੀ, ਕੰਮਕਾਜ ਅੱਜ ਉਹਦਾ ਕਿਵੇਂ ਚੱਲ ਰਿਹਾ, ਉਹਦੀ ਬਾਬਤ ਆਪਾਂ ਗੱਲਬਾਤ ਕਰਦੇ ਹਾਂ ਬਾਈ ਦੇ ਨਾਲ। ਫਾਰਮ ਦੇ ਉੱਪਰ ਚੱਲ ਕੇ ਦੁਬਾਰਾ ਫੇਰ ਲੋਕੇਸ਼ਨ ਦੱਸਾਂ ਵੀ ਦੇਵੀਗੜ੍ਹ ਰੋਡ ਦੇ ਉੱਪਰ ਸੁਰਕੜਾ ਫਾਰਮ ਪਿੰਡ, ਮੰਨ ਕੇ ਚੱਲੀਏ ਵੀ ਭੁੰਨ ਰਹੇੜੀ ਪਿੰਡ ਹੈ ਜਿਹੜਾ ਉਹ ਪੈ ਜਾਂਦਾ, ਅਤੇ ਫਾਰਮ ਦੇ ਉੱਪਰ ਚੱਲਦੇ ਆਪਾਂ ਗੱਲਬਾਤ ਕਰਦੇ ਹਾਂ ਵੀਰ ਦੇ ਨਾਲ। ਲਓ ਪਹੁੰਚ ਚੁੱਕੇ ਹਾਂ ਬਾਈ ਦੇ ਫਾਰਮ ਦੇ ਵਿੱਚ, ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਦੇਖੀਏ ਜ਼ਿਆਦਾ ਗੱਲਬਾਤ ਕਰੀ ਵੀ ਫਾਰਮ ਕੋਈ ਬਹੁਤਾ ਵੱਡਾ ਨਹੀਂ, ਬੜਾ ਵੱਡਾ ਧਾਮ ਝਾਮ ਜਿਹਾ ਨਹੀਂ ਹੈਗਾ, ਵੀ ਛੋਟਾ ਜਿਹਾ ਫਾਰਮ ਆ, ਘਰ ਦੇ ਵਿੱਚ ਹੀ ਸ਼ੁਰੂ ਕੀਤਾ ਸੀਗਾ, ਅਤੇ ਇੰਨੇ ਦੇ ਇੰਨੀ ਕੁ ਜਗ੍ਹਾ ਦੇ ਵਿੱਚੋਂ ਬਾਈ ਕਮਾਈ ਹੈ ਜਿਹੜੀ ਚੰਗੀ ਲੈ ਰਹੇ ਨੇ, ਗੱਲਬਾਤ ਕਰ ਰਹੇ। ਸਤਿ ਸ਼੍ਰੀ ਅਕਾਲ ਜਸਕਰ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ? ਵਧੀਆ ਬਾਈ ਜੀ, ਠੀਕ ਠਾਕ ਜੀ। ਹੋਰ ਸੁਣਾਓ ਕੰਮ ਕਾਜ ਕਿਸ ਤਰ੍ਹਾਂ ਚੱਲ ਰਿਹਾ? ਕੰਮ ਕਾਜ ਬਹੁਤ ਵਧੀਆ ਜੀ, ਬਹੁਤ ਜ਼ਿਆਦਾ ਵਧੀਆ ਜੀ। ਦੋਸਤੋ, ਆਪਾਂ ਨੇ ਇੱਕ ਵੀਡੀਓ 1 ਸਾਲ ਪਹਿਲਾਂ ਵੀ ਸ਼ੂਟ ਕੀਤੀ ਸੀ ਇਸ ਫਾਰਮ ਦੇ ਵਿੱਚੋਂ, ਉਹਦਾ ਲਿੰਕ ਤੁਸੀਂ ਥੱਲੋਂ ਡਿਸਕ੍ਰਿਪਸ਼ਨ ਦੇ ਵਿੱਚੋਂ ਜੇ ਤੁਸੀਂ ਉਹ ਵੀਡੀਓ ਦੇਖਣੀ ਹੈ ਉਹ ਦੇਖ ਸਕਦੇ ਹੋਗੇ। ਅਤੇ ਜਸ਼ਨ ਬਾਈ, ਐਂ ਦੱਸੋ ਵੀ ਕਿੰਨਾ ਕੁ ਸਮਾਂ ਹੋ ਗਿਆ? ਬਸ ਲੋਕਡਾਊਨ ਤੋਂ ਕਰਿਆ ਜੀ ਕੰਮ, ਲੋਕਡਾਊਨ ਦਰਾਜ਼ ਆਇਆ ਹੋਇਆ ਜੀ। ਹਾਂਜੀ, ਲੋਕਡਾਊਨ ਦੇ ਵਿੱਚ ਤਾਂ ਬਹੁਤ ਲੋਕਾਂ ਦੇ ਕੰਮ ਕਾਰ ਛੁੱਟ ਗਏ, ਤਾਂ ਆਪਾਂ ਨੂੰ ਰਾਸ ਕਿਵੇਂ ਆ ਗਿਆ ਬਾਈ? ਬਾਜੀ ਕਿਸੇ ਦਾ ਰਾਸ ਆ ਗਿਆ, ਕਿਸੇ ਨੂੰ ਕੰਮ ਕਾਰ ਛੁੱਟ ਗਏ, ਕਿਸੇ ਨੂੰ ਵਧੀਆ ਵੀ ਹੋਇਆ ਜੀ, ਕਿਸੇ ਦਾ ਨੁਕਸਾਨ ਹੋਇਆ। ਚਲੋ ਜਿਹਨਾਂ ਦਾ ਨੁਕਸਾਨ ਹੋਇਆ ਉਹਨਾਂ ਵਾਸਤੇ ਮਾੜੀ ਗੱਲ ਹੈ, ਨੁਕਸਾਨ ਹੋਇਆ, ਪਰ ਕਿਸੇ ਨੂੰ ਰਾਸ ਵੀ ਆਇਆ, ਰਾਸ ਵੀ ਆਇਆ ਨਾ? ਹਾਂਜੀ ਹਾਂਜੀ, ਠੀਕ ਹੈ। ਵੈਸੇ ਤਾਂ ਆਪਾਂ ਦੱਸਿਆ ਸੀ ਪਹਿਲੀ ਵੀਡੀਓ ਦੇ ਵਿੱਚ ਵੀ ਆਪਣੇ ਰਿਸ਼ਤੇਦਾਰਾਂ ਨੇ ਬੜੀ ਮਦਦ ਕੀਤੀ ਸੀ, ਹੈ ਨਾ? ਹਾਂਜੀ ਬਿਲਕੁਲ, ਠੀਕ ਹੈ। ਅਤੇ ਅੱਜ ਫਿਰ ਕਿਸ ਤਰ੍ਹਾਂ ਦਾ ਪ੍ਰੋਸੈਸ ਚੱਲ ਰਿਹਾ ਕੰਮ ਕਾਜ ਦੇ ਵਿੱਚ, ਜਿਵੇਂ ਹੁਣ ਸਰਦੀਆਂ ਲੰਘ ਕੇ ਗਈਆਂ ਨੇਗੀਆਂ, ਦੇਸੀ ਤੇ ਜ਼ਿਆਦਾ ਆਪਾਂ ਕੰਮ ਕਰ ਦਿਆਂਗੇ, ਹੈ ਨਾ? ਹਾਂਜੀ ਹਾਂਜੀ। ਤੁਸੀਂ ਕੀ ਕਹਿੰਦੇ ਹੋ ਦੇਸੀ ਬਰੀਡ ਬਾਰੇ, ਵੀ ਦੇਸੀ ਬਰੀਡ ਤੇ ਕੰਮ ਕਰਨਾ ਕਿੰਨਾ ਕੁ ਲਾਹੇਵੰਦ ਧੰਦਾ? ਬਹੁਤ ਵਧੀਆ ਜੀ, ਜਿਹਨੇ ਮੰਨ ਕੇ ਚੱਲੋ ਕਿ 5000 ਬਰਾਇਲਰ ਪਾਇਆ ਔਰ 500 ਦੇਸੀ ਪਾਲੇ ਤਾਂ ਉਹ ਬਰਾਬਰ ਹੀ ਹੈ, ਸਮਝੋ ਇੰਨਾ ਲਾਹੇਵੰਦ ਧੰਦਾ ਹੈ, ਇੰਨਾ ਲਾਹੇਵੰਦ ਧੰਦਾ ਹੈ ਬਸ। ਠੀਕ ਹੈ, ਤੇ ਅੱਜ ਆਪਣੇ ਕੋਲ ਕਿਹੜੀਆਂ ਕਿਹੜੀਆਂ ਬਰੀਡਾਂ ਨੇ ਜ਼ਿਆਦਾਤਰ? ਫਿਰ ਆਪਣੇ ਕੋਲ ਜੀ 5 ਬਰੀਡਾਂ ਨੇ, ਡਬਲ ਐਫ ਜੀ, ਆਰ ਆਈ ਆਰ, ਕੜਕਨਾਥ, ਇੰਡਬਰੋ ਤੇ ਬਲੈਕ ਰੌਕ। ਤੇ ਕੰਮ ਕਾਜ ਬਾਈ ਇਸ ਤਰ੍ਹਾਂ ਦੱਸੋ ਵੀ ਕਿੱਥੇ ਕੁ ਤੱਕ ਆਪਣਾ ਮਾਲ ਆ ਜਿਹੜਾ ਜਾਂਦਾ ਹੈਗਾ? ਮਾਲ ਜੀ ਸਮਝ ਲਓ ਕਿ ਆਲ ਓਵਰ ਇੰਡੀਆ ਹੀ ਜਾਂਦਾ ਆਪਣਾ। ਫਿਰ ਵੀ ਕਿੱਥੇ ਕਿੱਥੇ? ਮੰਨ ਲਓ ਕਿ ਪੂਰੇ ਪੰਜਾਬ 'ਚ ਸਪਲਾਈ ਹੈ ਆਪਣੀ, ਹਿਮਾਚਲ ਅਤੇ ਆਪਣਾ ਹਰਿਆਣਾ, ਜਿਹੜੀਆਂ ਨਾਲ ਲੱਗਦੀਆਂ ਸਟੇਟਾਂ 'ਚ ਤਾਂ ਆਪਾਂ ਖੁਦ ਸਪਲਾਈ ਦਿੰਦੇ ਹਾਂ, ਬਾਕੀ ਜਿਹੜੀਆਂ ਅਦਰ ਸਟੇਟਾਂ ਨੇ ਉੱਥੇ ਆਪਣਾ ਮਾਲ ਟ੍ਰੇਨ ਰਾਹੀਂ ਵੀ ਜਾਂਦਾ ਔਰ ਪ੍ਰਾਈਵੇਟ ਗੱਡੀ ਰਾਹੀਂ ਵੀ ਜਾਂਦਾ। ਕਦੇ ਐਂ ਸੋਚਿਆ ਸੀਗਾ ਵੀ ਘਰ ਦੇ ਵਿੱਚ ਛੋਟਾ ਜਿਹਾ ਫਾਰਮ, ਮੈਨੂੰ ਲੱਗਦਾ ਕਿੰਨੀ ਕੁ ਜਗ੍ਹਾ ਦਾ ਵੇ, ਤੁਸੀਂ ਦੱਸਿਓ? 2000 ਸਕੁਅਰ ਫੁੱਟ ਦਾ ਫਾਰਮ। 2000 ਸਕੁਅਰ ਫੁੱਟ ਦੇ ਵਿੱਚ ਸੋਚਿਆ ਸੀ ਕਦੇ ਵੀ ਐਡੀ ਐਡੀ ਦੂਰ ਤੱਕ ਆਪਣਾ ਮਾਲ ਜਾਊਗਾ ਆਪਣੇ ਘਰ ਦੇ ਵਿੱਚ ਸ਼ੁਰੂ ਕਰਕੇ? ਬਿਲਕੁਲ ਜੀ, ਕਦੇ ਵੀ ਨਹੀਂ ਸੋਚਿਆ ਸੀਗਾ ਇਹ ਗੱਲ, ਬਾਕੀ ਜਿਹੜਾ ਵੀ ਕੰਮ ਆ ਕਰਕੇ ਹੀ ਪਤਾ ਲੱਗਦਾ ਉਹਦਾ। ਹਾਂ, ਕਈ ਹੁਣ ਕਮੈਂਟ ਕਰਦੇ ਨੇ ਕਿ ਬਾਈ ਜੀ ਦੇਸੀ ਦਾ ਕੰਮ ਵਧੀਆ ਨਹੀਂ, ਐਂ ਆ ਜੀ ਜਾਵਾਂ, ਲੇਕਿਨ ਬਹੁਤ ਵਧੀਆ ਕੰਮ ਹੈ ਜੀ, ਅਗਰ ਬੰਦਾ ਤਰੀਕੇ ਨਾਲ ਕਰੇ ਤਾਂ ਬਹੁਤ ਵਧੀਆ ਕੰਮ ਹੈ। ਠੀਕ ਹੈ ਜਸ਼ਨ ਬਾਈ ਜੀ, ਇਸ ਤਰ੍ਹਾਂ ਦੱਸਿਓ ਵੀ 2 ਸਾਲ ਹੋ ਗਏ ਆਪਾਂ ਨੂੰ ਨਾ ਇਹ ਸ਼ੁਰੂ ਕਰੇ ਨੂੰ, ਹਾਂਜੀ, 2 ਸਾਲਾਂ ਦੇ ਵਿੱਚ ਕੀ ਤੁਹਾਨੂੰ ਇਹਦੇ ਵਿੱਚੋਂ ਕੁਛ ਸਿੱਖਣ ਨੂੰ ਮਿਲਿਆ ਗਾ? ਕੀ ਸਿੱਖਿਆ ਤੁਸੀਂ ਇਹ ਤਾਂ ਬਹੁਤ ਕੁਛ ਮਿਲਿਆ ਜੀ ਸਿੱਖਣ ਨੂੰ। ਇੱਕ ਤਾਂ ਦੇਖੋ ਕਿ ਰਿਲੇਸ਼ਨ ਬੜੇ ਬਣੇ ਨੇ, ਠੀਕ ਹੈ, ਬਾਹਰਲੇ ਲੋਕਾਂ ਨਾਲ ਬਾਹਰ ਨਿਕਲ ਕੇ ਹੀ ਪਤਾ ਲੱਗਦਾ ਕਿ ਰਿਲੇਸ਼ਨ ਬਣੇ ਨੇ, ਠੀਕ ਹੈ। ਵੀ ਕਮਾਈ ਤਾਂ ਫਿਰ ਐਂ ਮੰਨ ਕੇ ਚੱਲੇ ਵੀ ਬਾਹਰ ਦੀ ਗੱਲ ਹੈਗੀ, ਕਮਾਈ ਮੈਟਰ ਨਹੀਂ ਕਰਦੀ, ਰਿਲੇਸ਼ਨ ਆ ਗਿਆ ਨਾ? ਬਿਲਕੁਲ ਜੀ ਬਿਲਕੁਲ, ਜਿੱਥੇ ਰਿਲੇਸ਼ਨ ਬਣ ਜਾਣ ਉੱਥੇ ਕਮਾਈ ਇੰਨਾ ਮੈਟਰ ਨਹੀਂ ਕਰਦੀ, ਠੀਕ ਹੈ, ਕਿਉਂਕਿ ਜਿਹੜਾ ਨਾਲ ਖੜ ਜੇ
ਉੱਥੇ ਉਹ ਕੰਬਾਈਸਾਂ ਨਹੀਂ ਨਾਲ ਖੜਦਾ ਜਿਹੜਾ ਨਾਲ ਖੜ ਜੇ ਬੰਦਾ। ਸਹੀ ਗੱਲ। ਹਾਂਜੀ ਹਾਂ, ਤੇ ਇਸ ਕਰਕੇ ਆ ਕਿ ਰਿਲੇਸ਼ਨ ਬਹੁਤ ਜ਼ਿਆਦਾ ਬਣੇ ਨੇ, ਬਹੁਤ ਦੂਰ ਦੂਰ ਤੱਕ ਨੈਟਵਰਕ ਬਣ ਗਿਆ ਆ, ਤੇ ਕੰਮ ਕਰਕੇ ਸਵਾਦ ਆ ਰਿਹਾ ਪੂਰਾ ਜੀ। ਲੇਕਿਨ ਬਸ ਐਂ ਕਿ ਨੈਟਵਰਕ ਦੇ ਸਿਰ ਤੇ ਜ਼ਿਆਦਾ ਸਵਾਦ ਆ ਰਿਹਾ, ਲੋਕਾਂ ਨਾਲ ਘੁਲ ਮਿਲ ਕੇ ਰਹੀਦਾ, ਘੁਲ ਮਿਲ ਕੇ ਉਹਨਾਂ ਨਾਲ ਮਤਲਬ ਵਿਚਰੀਦਾ ਆ, ਨਵਾਂ ਕੁਛ ਸਿੱਖਣ ਨੂੰ ਮਿਲਦਾ। ਵੈਸੇ ਆਪਾਂ ਪਹਿਲਾਂ ਕਹਿੰਦੇ ਸੀ ਵੀ ਆਪਾਂ ਵੀ ਬਾਹਰ ਜਾਣਾ, ਫਿਰ ਹੁਣ ਦੁਬਾਰਾ ਸੋਚਿਆ ਵੀ ਬਾਹਰ ਜਾਣਾ ਗਾ ਜਾਂ ਨਹੀਂ ਜਾਣਾ ਹੈਗਾ? ਬਾਹਰ ਜਾਣ ਦਾ ਜੀ ਫਿਲਹਾਲ ਤਾਂ ਕੰਮ ਦੇਖ ਕੇ ਤਾਂ ਹੋ ਰਿਹਾ ਕਿ ਇਹਨੂੰ ਹੀ ਹੋਰ ਵੱਡਾ ਕਰੀਏ, ਇਹਨੂੰ ਕਰ ਲਈਏ। ਹਾਂਜੀ ਹਾਂਜੀ ਬਿਲਕੁਲ ਜੀ, ਠੀਕ ਹੈ। ਤੇ ਬਾਈ ਜੀ ਫਿਰ ਤੁਸੀਂ ਕਿ ਵੀਰਾਂ ਨੂੰ ਕਿਹੜੀ ਸਲਾਹ ਦਿੰਦੇ ਹੋ ਵੀ ਕਿਹੜੀ ਬਰੀਡ ਤੇ ਵਧੀਆ ਕੰਮ ਕਰਨਾ ਚਾਹੀਦਾ, ਕਿਉਂਕਿ ਦੇਸੀ ਦੇ ਵਿੱਚ ਮੈਨੂੰ ਲੱਗਦਾ ਕਾਫੀ ਸਾਰੀਆਂ ਬਰੀਡਾਂ ਨੇ ਨਾ? ਹਾਂਜੀ ਹਾਂਜੀ ਬਿਲਕੁਲ, ਜਿਹੜੇ ਵੀਰ ਨੇ ਆਂਡੇ ਵਾਸਤੇ ਕੰਮ ਕਰਨਾ ਜੀ ਉਹ ਤਾਂ ਆਰ ਆਈ ਆਰ ਕਰੇ। ਉਹ ਕਿਉਂ? ਆਰ ਆਈ ਆਰ ਦੇਖੋ ਜੀ ਸਾਲ ਦੇ ਮੰਨ ਕੇ ਚਲੋ 260 ਤੋਂ 280 ਪਲੱਸ ਆਂਡਾ ਦਿੰਦੀ ਹੈ। ਠੀਕ ਹੈ ਜੀ, ਠੀਕ ਹੈ ਜੀ। ਔਰ ਅਗਰ ਕਿਸੇ ਨੇ ਡਬਲ ਐਫ ਜੀ ਦਾ ਕੰਮ ਕਰਨਾ ਤਾਂ ਮੀਟ ਵਾਸਤੇ ਬਹੁਤ ਲਾਹੇਵੰਦ ਹੈ, ਉਹ ਮੰਨ ਕੇ ਚਲੋ ਕਿ 60 ਤੋਂ 65 ਦਿਨਾਂ ਦੇ ਵਿੱਚ ਤਿਆਰ ਹੋ ਜਾਂਦਾ, 1800 ਤੋਂ 2 ਕਿਲੋ ਦੀ ਐਵਰੇਜ ਦੇ ਦਿੰਦਾ। ਠੀਕ ਹੈ ਜੀ, ਠੀਕ ਹੈ ਜੀ। ਔਰ ਉਹਨੂੰ ਆਪਾਂ ਮੰਨ ਕੇ ਚਲੋ ਅਗਰ ਵੇਟ ਵਾਸਤੇ ਲੈਣਾ ਆ ਤਾਂ ਵੇਟ ਵਾਸਤੇ ਡਬਲ ਐਫ ਜੀ ਨਾਲੋਂ ਕੋਈ ਵੀ ਵਧੀਆ ਬਰੀਡ ਇੱਥੇ ਅੱਜ ਤੱਕ ਨਹੀਂ ਹੈਗੀ। ਠੀਕ ਹੈ ਜੀ, ਆਂਡੇ ਵਾਸਤੇ ਆਰ ਆਈ ਆਰ ਵਧੀਆ। ਆਰ ਆਈ ਆਰ, ਹਾਂਜੀ ਹਾਂ, ਇਹ ਦੋਵੇਂ ਬਰੀਡਾਂ ਵਧੀਆ ਲਾਹੇਵੰਦ ਨੇ। ਬਾਕੀ ਜਿਹਨੇ ਕੜਕਨਾਥ ਦਾ ਕੰਮ ਕਰਨਾ ਤਾਂ ਕੜਕਨਾਥ ਦਾ ਕਰ ਸਕਦਾ, ਬਾਕੀ ਇੰਡਬਰੋ ਬਰੀਡ ਹੈਗੀ ਆ ਆਂਡੇ ਵਾਸਤੇ, ਉਹ ਵੀ ਬਹੁਤ ਵਧੀਆ ਬਰੀਡ ਹੈ। ਠੀਕ ਹੈ ਜੀ, ਹੁਣ ਆਪਾਂ ਜਿਵੇਂ ਮੰਨ ਕੇ ਚੱਲੀਏ ਸਰਦੀਆਂ ਦੇ ਵਿੱਚ ਆਪਣਾ ਕਿਹੜੀ ਚੀਜ਼ ਦਾ ਜ਼ਿਆਦਾ ਵਧੀਆ ਕੰਮ ਰਿਹਾ? ਸਰਦੀਆਂ ਦੇ ਵਿੱਚ ਜੀ ਐੱਗ ਦਾ ਜ਼ਿਆਦਾ ਕੰਮ ਰਹਿੰਦਾ ਹੈ। ਠੀਕ ਹੈ, ਕੀ ਰੇਟ ਵਿਕ ਜਾਂਦਾ ਬਾਈ ਜੀ ਐੱਗ? ਐੱਗ ਜੀ ਹੋਲਸੇਲ ਰੇਟ 8 ਰੁਪਏ ਆਪਣਾ ਜਾਂਦਾ ਜੀ, ਬਾਕੀ ਜਿਹੜਾ ਰਿਟੇਲ ਰੇਟ ਹੈ 350 ਦੀ ਟਰੇ ਤਾਂ 300 ਦੀ ਵੀ ਦੇਣੀ ਪੈ ਜਾਂਦੀ ਕੁਆਂਟਿਟੀ ਦੇ ਉੱਪਰ, ਇਸ ਰੇਟ ਨਾਲ ਐੱਗ ਜਾਂਦਾ। ਐੱਗ ਜਾਂਦਾ, ਕਹਿਣ ਤੋਂ ਭਾਵ ਜਿੰਨੀ ਕੁ ਮੁਰਗਾ ਫੀਡ ਖਾਂਦਾ ਵੀ ਖਰਚੇ ਨਿਕਲ ਕੇ 2 ਰੁਪਏ ਜੇਬ 'ਚ ਆ ਜਾਂਦੇ ਨੇ। ਬਹੁਤ ਵਧੀਆ ਜੀ, ਬਹੁਤ ਵਧੀਆ, 2 ਕਾਨੂੰ ਜੀ 4 ਆਉਂਦੇ ਨੇ। ਅੱਛਾ, ਐਂ ਸਮਝੋ ਜੀ, ਫਿਰ ਠੀਕ ਆ। ਹਾਂਜੀ ਹਾਂ ਬਿਲਕੁਲ, ਕਿਉਂਕਿ ਫੀਡ ਮੰਨ ਕੇ ਚਲੋ 3-4 ਰੁਪਏ ਦੀ ਕੋਸਟ ਆਉਂਦੀ ਹੈ ਫੀਡ 'ਤੇ ਇੱਕ ਮੁਰਗੇ। ਬਿਲਕੁਲ ਜੀ, ਔਰ ਅਗਰ 10 ਰੁਪਏ ਦਾ ਆਂਡਾ ਸੇਲ ਹੋ ਰਿਹਾ ਤਾਂ 6 ਰੁਪਏ ਆਉਂਦੇ ਆ, 4 ਵੀ ਛੱਡੋ ਜੀ ਤੁਸੀਂ। ਠੀਕ ਹੈ, ਹਾਂਜੀ ਠੀਕ ਹੈ, ਚਲੋ 2 ਰੁਪਏ ਉਹ ਜਿਹਾ ਖਰਚਾ ਪਾ ਲਓ। ਬਿਲਕੁਲ ਜੀ ਬਿਲਕੁਲ, ਠੀਕ ਹੈ ਜੀ। ਅਤੇ ਆਪਣੇ ਕੋਲ ਫਿਰ ਕਿੰਨਾ ਕੁ ਚੂਚਾ ਵਗੈਰਾ ਅਵੇਲੇਬਲ ਰਹਿੰਦਾ ਜੇ ਕਿਸੇ ਨੂੰ ਚਾਹੀਦਾ ਹੋਵੇ? ਸਾਡੇ ਕੋਲ ਜੀ ਹਰ ਚੌਥੇ ਦਿਨ ਮੰਨ ਕੇ ਚੱਲੋ 3,000 ਤੋਂ 5,000 ਚੂਚਾ ਅਵੇਲੇਬਲ ਹੁੰਦਾ ਜੀ। ਠੀਕ ਹੈ ਜੀ, ਬਾਕੀ ਜਿਹਨੂੰ ਜਿਹੋ ਜਿਹੀ ਕੁਆਂਟਿਟੀ ਚਾਹੀਦੀ ਹੈ ਬੁਕਿੰਗ ਕਰਵਾ ਸਕਦਾ, ਚਾਹੇ 10,000 ਹੋਵੇ ਚਾਹੇ 15,000 ਹੋਵੇ, ਜਿੰਨੀ ਕੁਆਂਟਿਟੀ ਘੱਟ ਤੋਂ ਘੱਟ 10 ਤੋਂ ਲੈ ਕੇ 10,000 ਤੱਕ ਦੀ ਬੁੱਕ ਕਰਵਾ ਸਕਦਾ। ਅਤੇ ਸਾਰਿਆਂ ਨੂੰ ਵੱਡੀ ਗੱਲ ਬਾਈ ਜੀ ਇਸ ਕੰਮ ਦੇ ਵਿੱਚ ਕੁਆਲਿਟੀ ਦੀ ਹੁੰਦੀ ਹੈ, ਕੁਆਲਿਟੀ ਕਿਹੜੀ ਦਿੰਦੇ ਚੂਜੇ ਦੇ ਵਿੱਚ, ਕਿੰਨੇ ਕੁ ਪਰਸੈਂਟ ਕੁਆਲਿਟੀ ਦਾ ਚੂਜਾ ਦਿੰਦੇ? ਕੁਆਲਿਟੀ ਜੀ ਬਿੱਲ ਕੱਟ ਕੇ ਦੇਵਾਂਗੇ ਜਿਹੜੀ ਵੀ ਕੁਆਲਿਟੀ ਦਾ ਲੈਣਾ ਹੋਵੇ। ਠੀਕ ਹੈ ਜੀ, ਹਾਂਜੀ, ਬਿੱਲ ਕੱਟ ਕੇ ਰਜਿਸਟਰ ਫਾਰਮ ਹੈ ਜੀ ਮੇਰਾ ਇਹ ਜੀ। ਤੇ ਹਾਂਜੀ, ਔਰ ਬਿੱਲ ਕੱਟ ਕੇ ਦਊਂਗਾ, ਡਬਲ ਐਫ ਜੀ ਬਰੀਡ ਲੈਣੀ ਹੈ ਡਬਲ ਐਫ ਜੀ ਦਾ ਬਿੱਲ ਕੱਟ ਕੇ ਦਊਂਗਾ। ਠੀਕ ਹੈ ਜੀ, ਆਰ ਆਈ ਆਰ ਲੈਣੀ, ਆਰ ਆਈ ਆਰ ਦਾ ਬਿੱਲ ਕੱਟ ਕੇ, ਪਿਓਰ ਬਰੀਡ ਹੋਊਗੀ, ਕੋਈ ਮਿਕਸਿੰਗ ਨਹੀਂ ਹੋਊਗੀ ਉਹਦੇ ਵਿੱਚ। ਆਰ ਆਈ ਆਰ ਕਿਹਾ ਤਾਂ ਇੱਕ ਵੀ ਬੱਚਾ ਡਬਲ ਐਫ ਜੀ ਦਾ ਨਿਕਲਿਆ ਤਾਂ ਜ਼ਿੰਮੇਵਾਰ ਹੈ ਜੀ। ਠੀਕ ਹੈ, ਬਿਲਕੁਲ ਆਰ ਆਈ ਆਰ ਹੋਊਗੀ, ਕਿਉਂਕਿ ਸਾਡੇ ਕੋਲ ਸਾਰਾ ਪੇਰੈਂਟ ਆਪਣਾ ਜੀ, ਕਿਸੇ ਕੋਲ ਅਸੀਂ ਆਂਡਾ ਨਹੀਂ ਲੈਣਾ, ਕਿਸੇ ਨੂੰ ਆਂਡਾ ਦੇਣਾ ਨਹੀਂ। ਠੀਕ ਹੈ ਜੀ, ਸਾਰਾ ਕੰਮ ਆਪਣੇ ਹੱਥ 'ਚ, ਆਪਦੇ ਹੀ ਸੈਟਅਪ, ਆਪਣੇ ਹੱਥ 'ਚ ਹੀ ਹੈ, ਕਿਉਂਕਿ ਜਦੋਂ ਦੂਸਰੇ ਦੇ ਹੱਥ 'ਚ ਹੁੰਦਾ ਕੰਮ ਤਾਂ ਉਦੋਂ ਮਿਕਸਿੰਗ ਦਾ ਡਰ ਹੁੰਦਾ, ਜਦੋਂ ਹੱਥ 'ਚ ਆਪਦੇ ਕੰਮ ਹੋਵੇ ਤਾਂ ਫਿਰ ਮਿਕਸਿੰਗ ਦਾ ਡਰ ਨਹੀਂ ਹੁੰਦਾ। ਕਈ ਵਾਰ ਵੀਰ ਹੁਣ ਨਵੇਂ ਬੰਦੇ ਆਉਂਦੇ ਰਹਿੰਦੇ ਨੇ ਕੰਮ 'ਚ, ਤੁਸੀਂ ਕੀ ਦੇਖਦੇ ਹੋ, ਕਿਹੜਾ ਤਰੀਕਾ ਦੇ ਦਿਓ ਵੀ ਧੋਖਾਧੜੀ ਹੁੰਦੀ ਹੈ ਕੰਮ ਦੇ ਵਿੱਚ? ਬਿਲਕੁਲ ਜੀ ਬਿਲਕੁਲ ਹੁੰਦੀ ਹੈ ਧੋਖਾਧੜੀ, ਕਿਹੜੇ ਤਰੀਕੇ ਨਾਲ ਹੋ ਸਕਦੀ ਹੈਗੀ ਜੇ ਕਰਦੇ ਹੋ? ਧੋਖਾਧੜੀ ਤਾਂ ਦੇਖੋ ਜੀ, ਪਹਿਲਾਂ ਤਾਂ ਲੋਕ ਬਰੀਡ ਚੂਜ਼ ਕਰਨ ਦੇ ਵਿੱਚ ਮਤਲਬ ਧੋਖਾ ਖਾ ਜਾਂਦੇ ਆ, ਜਿਹੜੇ ਫਾਰਮਰ ਕੋਲ ਜਿਹੜੀ ਬਰੀਡ ਪਈ ਹੋਊਗੀ ਉਹ ਉਹੀ ਉਹਨੂੰ ਚੇਪ ਦਿੰਦਾ। ਠੀਕ ਹੈ ਜੀ, ਹੁਣ ਆਪਣੇ ਕੋਲ ਕੋਈ ਵੀ ਬੰਦਾ ਆਉਂਦਾ ਉਹਨੂੰ ਪਹਿਲਾਂ ਇਹ ਪੁੱਛੀਦਾ ਤੁਹਾਡੇ ਏਰੀਏ ਵਿੱਚ ਕਿਹੜੀ ਬਰੀਡ ਦਾ ਕੰਮ ਜ਼ਿਆਦਾ। ਠੀਕ ਹੈ, ਉਹਦੇ ਏਰੀਏ ਦੇ ਵਿੱਚ ਅਗਰ ਮੀਟ ਵਾਲੀ ਦਾ ਜ਼ਿਆਦਾ ਤਾਂ ਮੈਂ ਉਹਨੂੰ ਆਂਡੇ ਵਾਲੀ ਪਵਾ ਦਾਂ ਤਾਂ ਉਹ ਫੇਲ ਹੀ ਹੈ। ਫੇਲ ਹੈ, ਫੇਲ ਹੈ। ਇਸ ਕਰਕੇ ਪਹਿਲਾਂ ਉਹਨੂੰ ਇਹ ਕਨਫਰਮ ਕਰਨਾ ਕਿ ਕਿਹੜੀ ਮਾਰਕੀਟ ਦਾ ਤੂੰ ਕੰਮ ਕਰ ਸਕਦਾ। ਠੀਕ ਹੈ ਜੀ, ਅਗਰ ਉਹ ਮੀਟ ਵਾਲੀ ਦਾ ਕਰੇਗਾ ਤਾਂ ਮੀਟ ਵਾਲੀ ਦਾ ਉਹਨੂੰ ਆਪਾਂ ਕਰਵਾਈਦਾ ਕੰਮ, ਫਿਰ ਉਹਨੂੰ ਪੂਰੀ ਗਾਈਡਲੈਸ ਦੇਈ ਦੀ ਆ ਕਿ ਅਗਰ ਅੱਗੇ ਜਾ ਕੇ ਤੂੰ ਸੇਲ ਕਰਨਾ, ਸੇਲ ਕਰਨ ਵਿੱਚ ਵੀ ਹੈਲਪ ਕਰੀਦੀ ਹੈ। ਠੀਕ ਹੈ, ਅਸੀਂ ਕਹਿੰਦੇ ਨਹੀਂ ਕਿ ਅਸੀਂ ਆਪ ਸੇਲ ਕਰਵਾਈਦਾ। ਠੀਕ ਹੈ ਜੀ, ਲੇਕਿਨ ਮਦਦ ਜ਼ਰੂਰ ਕਰੀਦੀ ਹੈ, ਕਿਉਂਕਿ ਰੇਟ ਬਹੁਤ ਘੱਟ ਦਿੰਦੇ ਨੇ ਵਪਾਰੀ, ਉਹਨਾਂ ਨੂੰ ਰੇਟ ਦਿਵਾਉਣ ਵਿੱਚ ਪੂਰੀ ਉਹਨਾਂ ਦੀ ਮਦਦ ਕਰੀਦੀ ਹੈ। ਠੀਕ ਹੈ, ਹਾਂਜੀ। ਤੇ ਇੱਕ ਗੱਲ ਹੋਰ ਦੱਸੀ ਬਾਈ, ਜਿਵੇਂ ਆਪਾਂ ਕਹਿੰਦੇ ਹਾਂ ਵੀ ਮੀਟ ਵਾਸਤੇ ਆਪਾਂ ਦੇਸੀ ਮੁਰਗੀ ਪਾਲ ਸਕਦੇ ਹਾਂ, ਤੇ ਬਰਾਇਲਰ ਦਾ ਰੇਟ ਕੀ ਰਹਿ ਜਾਂਦਾ ਗਾ, ਇਹਦਾ ਕਿੰਨਾ ਕੱਪ ਚੱਲਦਾ ਉਹ ਤੋਂ? ਦੇਖੋ ਜੀ, ਬਰਾਇਲਰ ਨਾਲ ਇਹਦਾ ਕੋਈ ਮੇਲ ਜੋਲ ਹੀ ਨਹੀਂ ਹੈਗਾ ਜੀ। ਹਾਂ, ਕਿਉਂਕਿ ਬਰਾਇਲਰ ਕੰਪਨੀਆਂ ਦੇ ਹੱਥ 'ਚ ਰੇਟ ਉਹਨਾਂ ਦਾ ਸਾਰਾ, ਬਰਾਇਲਰ ਦਾ ਤਾਂ 120 ਵੀ ਚੱਲ ਜਾਏਗਾ ਔਰ 40 ਰੁਪਏ ਵੀ ਰਹਿ ਜਾਏਗਾ। ਠੀਕ ਹੈ, ਠੀਕ ਹੈ ਜੀ। ਇਹਦਾ ਮੈਂ ਮੇਰੀ ਸੁਰਤ ਵਿੱਚ ਜਦੋਂ ਦਾ ਮੈਂ ਕੰਮ ਦੇਖਿਆ ਇਹ 120 ਰੁਪਏ ਤੋਂ ਕਦੇ ਡਾਊਨ ਨਹੀਂ ਆਇਆ ਅੱਜ ਤੱਕ ਰੇਟ ਦੀ, 120 ਤੋਂ ਪਲੱਸ ਹੀ ਜਾਊਗਾ, 180-240 ਤੱਕ ਵੀ ਮੈਂ ਵੇਚਿਆ, ਲੇਕਿਨ ਹੁਣ 240 ਚਲੋ ਨਹੀਂ ਵੇਚਿਆ ਹਾਲੇ ਤੱਕ, ਕਿਉਂਕਿ ਥੋੜ੍ਹੀ ਮਾਰਕੀਟ ਡਾਊਨ ਸੀਗੀ, ਲੇਕਿਨ
ਠੀਕ ਹੈ, ਬਹੁਤ ਵਧੀਆ ਰੇਟ ਹੈ ਜੀ। ਔਰ 1 ਕਿਲੋ ਦੇ ਲਾਗਤ ਆਪਣੀ 180 ਰੁਪਏ ਹੁੰਦੀ ਹੈ, ਮੰਨ ਕੇ ਚਲੋ 1 ਕਿਲੋ ਤਿਆਰ ਕਰਨ 'ਚ 1 ਲਾਗਤ ਜਿਹੜੀ ਆ ਗਈ 1 ਕਿਲੋ ਦੀ, ਔਰ 1 ਕਿਲੋ ਫ੍ਰੀ ਹੈ ਆਪਣੇ ਵਾਸਤੇ, ਉਹ ਆਪਾਂ ਨੂੰ ਪ੍ਰੋਫਿਟ ਹੀ ਦਊਗਾ, ਉਹ ਪ੍ਰੋਫਿਟ ਪ੍ਰੋਫਿਟ ਦਊਗਾ। ਡਬਲ ਐਫ ਦੀ ਬ੍ਰੀਡ ਬਹੁਤ ਜ਼ਿਆਦਾ ਪ੍ਰੋਫਿਟ ਦਿੰਦੀ ਹੈ ਜੀ, ਜਿਸ ਨੂੰ ਲੈਣਾ ਆਵੇ ਜੀ। ਹਾਂਜੀ ਹਾਂ, ਕਿਉਂਕਿ ਦੇਖੋ ਮੰਨ ਕੇ ਚਲੋ ਅਗਰ ਖਰਚਾ ਆਉਂਦਾ 150 ਰੁਪਏ ਖਰਚਾ ਆ ਜਾਂਦਾ ਤਾਂ 300 ਰੁਪਏ ਦਾ ਸੇਲ ਹੁੰਦਾ ਸਿੱਧਾ, ਅਗਰ ਉਹਦੇ  20,000 ਦਾ ਬਾਰਡ ਪਾਇਆ ਉਹਨੇ ਤਾਂ 40,000 ਉਹਦੀ ਜੇਬ 'ਚ ਆਉਂਦਾ ਹੀ ਆਉਂਦਾ ਜੀ, ਘੱਟ ਤੋਂ ਘੱਟ ਜੀ, ਵੱਧ ਹੋ ਸਕਦਾ ਲੇਕਿਨ ਘੱਟ ਨਹੀਂ ਹੋਊਗਾ। ਠੀਕ ਹੈ, ਹਾਂਜੀ। ਪਹਿਲੀ ਵੀਡੀਓ 'ਚ ਆਪਾਂ ਕਿਹਾ ਸੀਗਾ ਵੀ ਘਰਦਿਆਂ ਨੇ ਥੋੜ੍ਹਾ ਬਹੁਤਾ ਰੋਕਿਆ ਸੀ, ਹੈ ਨਾ? ਹਾਂਜੀ ਹਾਂ ਬਿਲਕੁਲ ਜੀ। ਅੱਜ ਕੀ ਕਹਿੰਦੇ ਨੇ ਫਿਰ ਘਰਦੇ? ਅੱਜ ਤਾਂ ਤੁਹਾਡੇ ਸਾਹਮਣੇ ਹੀ ਆ ਜੀ, ਦੇਖੋ ਹੁਣ ਐਡਾ ਵੱਡਾ ਸੈਟਅਪ ਵੀ ਕਰ ਲਿਆ, ਹਾਂ, ਤੇ ਹੋਰ ਫਾਰਮ ਵੱਡਾ ਕਰਨ ਲਈ ਸੋਚ ਰਹੇ ਹਾਂ ਹੁਣ, ਕਿਉਂਕਿ ਜਦੋਂ ਪਹਿਲਾਂ ਆਏ ਸੀ ਤੁਸੀਂ ਪਹਿਲਾਂ ਨਾਲੋਂ ਤਾਂ ਅਸੀਂ ਵੱਡਾ ਹੋਰ ਕਰ ਚੁੱਕੇ ਹਾਂ। ਬਿਲਕੁਲ, ਹਾਂਜੀ ਹਾਂ, ਤੇ ਇਸ ਨੂੰ ਹੋਰ ਵੀ ਅੱਗੇ ਵਧਾਵਾਂਗੇ ਹੁਣ ਜੀ। ਹਾਂਜੀ, ਘਰਦੇ ਦੇ ਰਹੇ ਨੇ ਸਾਥ? ਬਿਲਕੁਲ ਜੀ ਬਿਲਕੁਲ, ਪੂਰੀ ਫੁੱਲ ਸਪੋਰਟ ਹੈ ਜੀ, ਲੇਕਿਨ ਹੁਣ ਘਰਦਿਆਂ ਨੂੰ ਪੈਸਾ ਦੇਈਦਾ ਹੀ ਆ, ਉਹਨਾਂ ਕੋਲ ਲਈਦਾ ਨਹੀਂ, ਲਈਦਾ ਨਹੀਂ। ਮੇਨ ਗੱਲ ਤਾਂ ਆਹੀ ਹੁੰਦੀ ਹੈ ਨਾ, ਘਰਦਿਆਂ ਨੂੰ ਤਾਂ ਫਿਕਰ ਹੀ ਹੁੰਦੀ ਹੈ ਵੀ ਸਾਨੂੰ ਪੈਸੇ ਨਾ ਦੇਣੇ ਪੈਣ, ਵੀ ਜੇ ਸਾਨੂੰ ਦੇ ਤਾਂ ਚੰਗੀ ਗੱਲ ਆ। ਹਾਂਜੀ ਹਾਂਜੀ, ਚਲੋ ਕੇਰਾਂ ਆਪਾਂ ਲਗਾ ਦੇ ਘਰਦਿਆਂ ਦੇ, ਉਹ ਗੱਲ ਵੱਖਰੀ ਰਹਿੰਦੀ ਹੈ ਨਾ। ਤੇ ਕਿੰਨਾ ਕੁ ਦਿਨ ਲੰਘਦਾ ਬਈ ਫਾਰਮ ਦੇ ਵਿੱਚ ਤੁਹਾਡਾ? ਫਾਰਮ ਦੇ ਵਿੱਚ ਜੀ ਕੰਮ ਤਾਂ ਦੇਖੋ ਸਿਰਫ ਘੰਟੇ ਦਾ ਹੀ ਹੈ, ਬਾਕੀ ਸ਼ੌਂਕ ਨੂੰ ਤਾਂ ਸਾਰਾ ਦਿਨ ਇੱਥੇ ਹੋਈਦਾ। ਹਾਂਜੀ ਹਾਂ, ਕਿਉਂਕਿ ਦਿਲ ਬਹੁਤ ਲੱਗਦਾ ਹੈ, ਨਵੇਂ ਨਵੇਂ ਲੋਕਾਂ ਨਾਲ ਜਾਣ ਪਹਿਚਾਣ ਹੁੰਦੀ ਆ, ਕਿਸੇ ਦੀ ਮਦਦ ਕਰਕੇ ਬੜੀ ਖੁਸ਼ੀ ਮਿਲਦੀ ਆ, ਕੋਈ ਸਕਸੈਸ ਹੋ ਕੇ ਸਾਡੇ ਕੋਲ ਆਉਂਦਾ ਕਿ ਪਿਛਲੀ ਵਾਰੀ ਤੁਹਾਡੇ ਕੋਲ ਲੈ ਕੇ ਪਾਇਆ ਸੀ, ਸਾਨੂੰ ਬਹੁਤ ਵਧੀਆ ਹੋਇਆ ਰਿਸਪੋਂਸ ਮਿਲਿਆ, ਉਹ ਚੀਜ਼ ਨੂੰ ਦੇਖ ਕੇ ਆਪਣੀ ਖੁਸ਼ੀ ਹੁੰਦੀ ਆ ਕਿ ਅਸੀਂ ਕਿਸੇ ਨੂੰ ਪੈਰਾਂ 'ਤੇ ਖੜੇ ਕਰਤੇ ਤਾਂ। ਸਹੀ ਗੱਲ, ਹਾਂਜੀ ਹਾਂ, ਉਹ ਮਨ ਨੂੰ ਬਹੁਤ ਤਸੱਲੀ ਹੁੰਦੀ ਆ, ਪੈਸਾ ਨਾਲ ਇੰਨਾ ਮੈਟਰ ਨਹੀਂ ਹੁੰਦਾ, ਕਿਸੇ ਦੀ ਖੁਸ਼ੀ ਦੇਖ ਕੇ ਉਹ ਬਹੁਤ ਖੁਸ਼ ਹੋਈਦਾ। ਠੀਕ ਹੈ, ਤੇ ਫਾਰਮ ਦੇ ਵਿੱਚ ਆਪਾਂ ਦੱਸੀਏ ਬਾਈ ਜੀ ਵੀ ਕਿੰਨੇ ਕੁ ਦਿਨਾਂ ਬਾਅਦ ਇਹਦੀ ਸਫਾਈ ਕਰਦੇ ਹੋ ਤੁਸੀਂ? ਸਫਾਈ ਜੀ ਸਾਡੇ ਕੋਲ ਜ਼ਿਆਦਾਤਰ ਬਰਡ ਰਹਿੰਦਾ ਹੈ 1 ਤੋਂ ਲੈ ਕੇ 15 ਦਿਨ ਦਾ, 1 ਮਹੀਨੇ ਤੱਕ ਸਿਰਫ, ਜਦੋਂ ਬੈਚ ਸਾਡਾ ਨਿਕਲ ਜਾਂਦਾ ਹੈ ਤਾਂ ਅਸੀਂ ਸਫਾਈ ਨਾਲ ਦੀ ਨਾਲ ਕਰਕੇ ਅਗਲਾ ਬਰਡ ਜਿਹੜਾ ਸਾਡਾ ਹੈਚ ਚੋਂ ਬਚ ਜਾਂਦਾ ਉਹ ਅਸੀਂ ਫਾਰਮ ਦੇ ਵਿੱਚ ਪਾ ਦਈਦਾ। ਠੀਕ ਹੈ ਜੀ, ਤੇ ਬਾਈ ਫਿਰ ਚੂਚੇ ਵਗੈਰਾ ਦਾ ਰੇਟ ਕੀ ਚੱਲਦਾ ਰਹਿੰਦਾ ਹੈਗਾ? ਚੂਚੇ ਦਾ ਰੇਟ ਦੇਖੋ ਜੀ ਮਾਰਕੀਟ ਦੇ ਉੱਤੇ ਡਿਪੈਂਡ ਹੈ, ਜਿਵੇਂ ਕਿ ਮਾਰਕੀਟ ਉੱਪਰ ਜਾਊਗੀ ਤਾਂ ਉੱਪਰ ਜਾਊਗਾ ਰੇਟ, ਅਗਰ ਥੱਲੇ ਆਊਗੀ ਤਾਂ ਥੱਲੇ ਆਊਗਾ। ਬਾਕੀ ਐਂ ਹੈ ਕਿ ਹੋਰ ਜਿੱਥੇ ਮਰਜ਼ੀ ਟਰਾਈ ਕਰਕੇ ਆਉਣ ਲੋਕ, ਜਿੱਥੇ ਮਰਜ਼ੀ ਜਾਣ ਜੀ, ਉਹਨਾਂ ਨਾਲੋਂ ਰੇਟ 1-2 ਰੁਪਏ ਮੇਰਾ ਡਾਊਨ ਮਿਲੂਗਾ, ਔਰ ਕੁਆਲਿਟੀ ਮੈਂ ਬਿੱਲ ਕੱਟ ਕੇ ਦਊਂਗਾ ਆਪਣੀ। ਠੀਕ ਹੈ, ਹਾਂਜੀ, ਮੇਨ ਗੱਲ ਤਾਂ ਫਿਰ ਕੁਆਲਿਟੀ ਦੀ ਹੈ। ਦੇਖੋ ਅਗਰ ਤੁਸੀਂ ਪੈਸਾ ਲਾ ਕੇ ਬਰਡ ਲੈ ਲਿਆ, ਅਗਰ ਤੁਸੀਂ 2 ਰੁਪਏ ਸਸਤਾ ਲੈ ਲਿਆ, ਮੈਂ 32 ਦਿਨਾਂ ਤੁਸੀਂ 30 ਲੈ ਲਿਆ, ਤਾਂ ਉਹ ਇੰਨਾ ਮਾਇਨੇ ਨਹੀਂ ਰੱਖਦਾ, 2 ਰੁਪਏ ਮਾਇਨੇ ਨਹੀਂ ਰੱਖਦੇ। ਮਾਇਨੇ ਅੱਗੇ ਜਾ ਕੇ ਜਦੋਂ 6 ਮਹੀਨੇ ਤੁਸੀਂ ਪਾਲੋਗੇ, ਰਿਜ਼ਲਟ ਨਾ ਮਿਲਿਆ, ਉਹ ਚੀਜ਼ ਮਾਇਨੇ ਰੱਖੂਗੀ, ਉਦੋਂ ਤੁਹਾਨੂੰ ਦੁੱਖ ਹੋਏਗਾ ਕਿ ਬੀਡ ਅਸੀਂ ਵਧੀਆ ਪਾ ਲੈਂਦੇ ਤਾਂ ਚੰਗੇ ਰਹਿੰਦੇ। ਤੇ ਚੂਜੇ ਤੋਂ ਬਿਨਾਂ ਫਿਰ ਕੁਛ ਹੋਰ ਸਮਾਨ ਵੀ ਆਪਾਂ ਫਿਰ ਵੀਰਾਂ ਹੁੰਦੇ ਨੇ ਜਿਹੜੇ ਆਪਣੇ ਕੋਲ? ਪੋਲਟਰੀ ਦਾ ਸਾਰਾ ਹੀ ਸਮਾਨ ਆਊਗਾ ਜੀ ਆਪਣੇ ਕੋਲ, ਕਿਤੇ ਵੀ ਬਾਹਰ ਜਾਣ ਦੀ ਲੋੜ ਨਹੀਂ, ਚੂਚੇ ਤੋਂ ਲੈ ਕੇ ਫੀਡ ਤੱਕ, ਮੈਡੀਸਨ, ਡਰਿੰਕਰ, ਫੀਡਰ, A-Z ਸਮਾਨ ਸਾਰਾ ਆਪਣੇ ਕੋਲ ਮਿਲੇਗਾ ਜੀ। ਠੀਕ ਹੈ ਜੀ, ਹਾਂਜੀ, ਕਿਆ ਬਾਤ ਹੈ। ਫਿਰ ਆਪਣੇ ਕੋਲ ਬਾਈ ਜੀ ਕਿੰਨਾ ਕੁ ਚੂਜਾ ਫਿਰ ਆਪਦਾ ਨਿਕਲਦਾ ਰਹਿੰਦਾ? ਸਾਡੇ ਕੋਲ ਦੀ ਜਿਹੜਾ ਇੱਥੇ ਫਾਰਮ ਤੇ ਮੌਜੂਦ ਸੈਟਅਪ ਹੈ ਉਹ 85-100 ਐਗ ਦਾ, ਬਾਕੀ ਇੱਕ ਸਾਡਾ ਸੈਟਅਪ ਸਾਂਝਾ ਹੈ ਜੀ, ਉਹ ਸਾਡਾ ਹੈਗਾ ਲਗਭਗ 13,000 ਐਗ ਦਾ। ਠੀਕ ਹੈ ਜੀ, ਹਾਂਜੀ, ਤੇ ਸਾਡੇ ਕੋਲ ਮੰਨ ਕੇ ਚੱਲੋ 3,000-4,000 ਚੂਚਾ ਸਾਡੇ ਕੋਲ ਅਵੇਲੇਬਲ ਹੁੰਦਾ ਹਰ ਤੀਜੇ ਚੌਥੇ ਦਿਨ। ਤੀਜੇ ਚੌਥੇ ਦਿਨ, ਹਾਂਜੀ ਹਾਂ ਬਿਲਕੁਲ ਜੀ। ਠੀਕ ਹੈ ਜੀ, ਬਾਈ ਜਸ਼ਨ ਜਿਵੇਂ ਹੁਣ ਗਰਮੀ ਚੱਲ ਰਹੀ ਹੈਗੀ, ਹਾਂਜੀ, ਇਹਨਾਂ ਨੂੰ ਫਿਰ ਕਿਸ ਤਰ੍ਹਾਂ ਬਚਾ ਕੇ ਰੱਖਣਾ ਪੈਂਦਾ? ਕੋਈ ਪੱਖਾ ਕੂਲਰ ਵਗੈਰਾ ਲਗਾਉਣੇ ਹੋਣਗੇ ਇਹਨਾਂ ਨੂੰ? ਨਹੀਂ ਭਾਜੀ, ਕੋਈ ਕੂਲਰ ਪੱਖਾ ਵਗੈਰਾ ਵੀ ਅਸੀਂ ਅੱਜ ਤੱਕ ਤਾਂ ਕੋਈ ਲਗਾਇਆ ਨਹੀਂ। ਅੱਛਾ, ਕਿਉਂਕਿ ਹੁਣ ਵੀ ਤੁਸੀਂ ਦੇਖੋ ਪਿਛਲੇ 2-3 ਦਿਨਾਂ ਤੋਂ ਟੈਂਪਰੇਚਰ 45+ ਹੀ ਜਾ ਰਿਹਾ, ਤੇ ਕੋਈ ਇਹਨੂੰ ਪੱਖੇ ਦੀ ਏਡੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਇਹ ਟੈਂਪਰੇਚਰ ਚੱਲ ਲੈਂਦਾ ਬੜਾ। ਠੀਕ ਹੈ, ਹਾਂਜੀ, ਕਿਉਂਕਿ ਸਾਰੇ ਪਾਸਿਓਂ ਸਾਡਾ ਤੁਸੀਂ ਦੇਖੋ ਕਿ ਜਾਲੀ ਵਾਲਾ ਹੀ ਆ ਸਾਰਾ ਫਾਰਮ, ਤੇ ਟੈਂਪਰੇਚਰ ਦੀ ਏਡੀ ਕੋਈ ਖਾਸ ਦਿੱਕਤ ਨਹੀਂ ਆਉਂਦੀ। ਬਾਕੀ ਟੈਂਪਰੇਚਰ ਐਂ ਕਿ ਥੋੜ੍ਹਾ ਆਪਣੇ ਸੈਟਅਪ 'ਤੇ ਵੀ ਮੈਟਰ ਕਰਦਾ ਕਿ ਸੈਟਅਪ ਆਪਣਾ ਕਿੱਦਾਂ ਦਾ। ਠੀਕ ਹੈ ਜੀ, ਸੈਟਅਪ ਆਪਣਾ ਜਿਵੇਂ ਕਿ ਅਗਰ ਫਾਰਮ ਪਾਉਣਾ ਥੋੜ੍ਹੀ ਜਿਹੀ ਉੱਚਾਈ ਰੱਖ ਕੇ ਪਾਓ, ਅਗਰ ਤੁਸੀਂ ਪਲੇਟਾਂ ਵਾਲਾ ਫਾਰਮ ਪਾਉਣਾ ਆ, ਠੀਕ ਹੈ ਜੀ, ਤਾਂ ਉਹਦੇ ਨਾਲ ਆਪਣਾ ਜਿਹੜਾ ਆਪਣਾ ਕਿ ਟੈਂਪਰੇਚਰ ਆ ਉਹ ਮੇਨਟੇਨ 'ਚ ਰਹਿੰਦਾ। ਮੇਨਟੇਨ 'ਚ ਰਹਿੰਦਾ, ਹਾਂਜੀ ਬਿਲਕੁਲ ਜੀ, ਬਾਕੀ ਆਲੇ ਦੁਆਲੇ ਦਰਖਤ ਵੀ ਹੈਗੇ ਆ ਨਾ? ਬਿਲਕੁਲ ਜੀ ਬਿਲਕੁਲ, ਠੰਡਾ ਰਹਿੰਦਾ ਜੀ। ਠੀਕ ਹੈ, ਤੇ ਜਿਹੜੀ ਆਪਾਂ ਬਰੀਡ ਪਾਈ ਹੋਈ ਹੈ ਬਾਈ, ਇੱਧਰ ਮਾਰੀ ਤਰਸੇਮ ਬਾਈ ਕੈਮਰਾ, ਠੀਕ ਹੈ, ਇਹ ਬਰੀਡ ਬਾਰੇ ਦੱਸੋ ਵੀ ਕਿਹੜੀ ਬਰੀਡ ਹੈਗੀ? ਇਹ ਬਲੈਕ ਰੌਕ ਬਰੀਡ ਹੈ ਜੀ ਇਹ, ਹਾਂਜੀ, ਇਹ ਡਬਲ ਐਫ ਜੀ ਦੀ ਜਗ੍ਹਾ 'ਤੇ ਆਪਾਂ ਇਹਨੂੰ ਪਾ ਸਕਦੇ ਹਾਂ। ਡਬਲ ਐਫ ਜੀ ਨਾਲੋਂ ਐਗ ਜ਼ਿਆਦਾ ਇਹਦਾ, ਔਰ RIR ਨਾਲੋਂ ਘੱਟ ਹੈ। RIR ਨਾਲ, ਹਾਂਜੀ, ਜਿਹੜੇ ਵੀਰ ਕਨਫਿਊਜ਼ ਨੇ ਕਿ ਅਸੀਂ ਬਰੀਡ ਕਿਹੜੀ ਪਾਈ ਐਗ ਤੇ ਕੰਮ ਕਰੀਏ ਜਾਂ ਮੀਟ ਤੇ ਕੰਮ ਕਰੀਏ, ਉਹਨਾਂ ਵਾਸਤੇ ਇਹ ਬਰੀਡ ਬਹੁਤ ਵਧੀਆ ਹੈ, ਕਿਉਂਕਿ ਇਹ ਐਗ ਵੀ ਦਵੇਗੀ ਔਰ ਮੀਟ ਵੀ ਵਧੀਆ ਇਹਦਾ। ਠੀਕ ਹੈ, ਡਬਲ ਐਫ ਜੀ ਪਾ ਲੈਂਦੇ ਨੇ, ਡਬਲ ਐਫ ਜੀ ਦਾ ਥੋੜ੍ਹਾ ਜਿਹਾ ਐਗ ਘੱਟ ਹੈ, ਠੀਕ ਹੈ ਜੀ, ਲੇਕਿਨ ਵੇਟ ਵਾਸਤੇ ਬਹੁਤ ਵਧੀਆ ਹੈ, ਲੇਕਿਨ ਇਹਦਾ ਐਗ ਵੀ ਜ਼ਿਆਦਾ ਹੈ ਔਰ ਆਪਣਾ ਵੇਟ ਵੀ ਬਹੁਤ ਵਧੀਆ। ਤਿਆਰ ਕਰਨ ਦੇ ਸਮੇਂ 'ਚ ਹੋ ਜਾਂਦੀ ਹੈ ਵੀਰੇ ਇਹ? ਤਿਆਰ ਜੀ 4.5-5 ਮਹੀਨੇ ਬਾਅਦ ਐਗ 'ਤੇ ਆ ਜਾਂਦੀ ਹੈ। ਹਾਂਜੀ ਹਾਂ,
कि ब्लैक रॉक है जां ब्लैक एस्टरलॉप है, क्योंकि ब्लैक एस्टरलॉप ब्रीड बहुत घट है इत्थे अपने, ठीक है जी, बहुत घट है। हाँ जी, तो इस करके ब्लैक रॉक ही दे रहे हैं, क्योंकि ये ब्रीड हैगी है, आम है, लेकिन अपने पंजाब च घट है, इत्थे अपने होर स्टेटा च ये ब्रीड आम है, इस करके ईजीली मिल जाती है, बच्चे कोई पहचान नहीं होंगी, इस करके लोगों धोखाधड़ी हो रही है, ब्लैक एस्टरलॉप कह के दे रहे हैं ब्रीड में। ठीक है जी, हाँ जी, ਆਪਾਂ ਕੀ ਕਹਿ ਕੇ ਦੇਣਾ ਫਿਰ? ਆਪਾਂ ਜਿਹੜੀ ਬਰੀਡ ਹੈਗੀ ਆ ਜੀ ਉਹੀ ਬਰੀਡ ਕਹਿ ਕੇ ਦਵਾਂਗੇ। ਦੇਖੋ ਜੀ, ਜਦੋਂ ਬਿੱਲ ਕੱਟ ਦੇਣਾ ਤਾਂ ਪ੍ਰੂਫ ਨਾਲ ਹੀ ਦਵਾਂਗੇ ਜੀ। ਕੋਈ ਵੀ ਬਰੀਡ ਆ, ਚਾਹੇ ਮੇਰੀ ਡਬਲ ਐਫ ਜੀ ਬਰੀਡ ਆ, ਚਾਹੇ ਆਰ ਆਈ ਆਰ ਆ, ਇੰਡਬਰੋ ਆ, ਕੜਕਨਾਥ ਹੈ, ਵਿਦ ਪ੍ਰੂਫ ਔਰ ਵਿਦ ਬਿੱਲ ਕੱਟ ਕੇ ਦਵਾਂਗਾ ਜੀ ਮੈਂ। ਠੀਕ ਹੈ ਜੀ, ਕੋਈ ਬਰੀਡ ਹੈ। ਕੀ ਬਾਤ ਹੈ, ਫਿਰ ਇਹਨਾਂ ਦੇ ਖੁਰਾਕ ਬਾਰੇ ਦੱਸੋ ਬਾਈ, ਕਿੰਨਾ ਟਾਈਮ ਪਾਉਂਦੇ ਇਹਨਾਂ ਨੂੰ ਖੁਰਾਕ? ਜੀ ਹੁਣ ਗਰਮੀ ਦਾ ਟਾਈਮ ਹੈ ਜਿਵੇਂ, ਤਾਂ ਸ਼ਾਮ ਨੂੰ ਖੁਰਾਕ ਪਾ ਦੀ ਦੀ ਅਸੀਂ, ਔਰ ਜਿਹੜੀ ਸਵੇਰ ਤੱਕ ਚੱਲ ਜੀ। ਠੀਕ ਹੈ ਜੀ, ਹਾਂ, ਸਵੇਰੇ 10 ਵਜੇ ਤੱਕ ਚੱਲ ਜੇ, 10 ਵਜੇ ਖਾ ਕੇ, ਔਰ ਸ਼ਾਮ ਦੇ 6 ਵਜੇ ਤੱਕ ਰੈਸਟ ਕਰੇ ਜਾਨਵਰ, ਸਿਰਫ ਪਾਣੀ 'ਤੇ ਰਵੇ। ਠੀਕ ਹੈ, ਉਹਦੇ ਨਾਲ ਹੀਟ ਸਟ੍ਰੈਸ ਨਾਲ ਬੱਚਾ ਨਹੀਂ ਮਰਦਾ, ਨਹੀਂ ਤਾਂ ਬੱਚਾ ਅਗਰ ਦੁਪਹਿਰੇ ਫੀਡ ਦਉਂਗੇ ਜਾਂ ਡਬਲ ਐਫ ਜੀ ਨੂੰ ਤੁਸੀਂ ਤਿਆਰ ਕਰਨ ਵਾਸਤੇ ਦੁਪਹਿਰੇ ਫੀਡ ਦਉਂਗੇ, ਤਾਂ ਉਹ ਫੀਡ ਦੇ ਵਿੱਚ ਐਨਰਜੀ ਔਰ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਬੱਚੇ ਨੂੰ ਆਪਣਾ ਹੀਟ ਆਉਂਦੀ ਅੰਦਰ, ਹੋਰ ਹੀਟ ਛੱਡਦਾ, ਔਰ ਬੱਚਾ ਗਰਮੀ ਦੇ ਸਟ੍ਰੈਸ ਨਾਲ ਮਰ ਜਾਂਦਾ। ਠੀਕ ਹੈ, ਇਸ ਕਰਕੇ ਫੀਡ ਕੋਸ਼ਿਸ਼ ਕਰੋ ਕਿ ਤੁਸੀਂ ਜਿਹੜੀ 10 ਵਜੇ ਤੱਕ ਖਾ ਲਏ, ਇੰਨੀ ਕੀ ਫੀਡ ਦਿਓ ਉਹਨੂੰ। ਠੀਕ ਹੈ, ਅਖੀਰ ਦੇ ਵਿੱਚ ਫਿਰ ਬਾਈ ਜੀ ਕੀ ਕਹਿਣਾ ਚਾਹੁੰਦੇ ਸਾਡੇ ਵੀਰਾਂ ਨੂੰ? ਦੇਖੋ ਜੀ, ਵੀਰਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਵੀਰ ਨੇ ਕੋਈ ਜਾਣਕਾਰੀ ਲੈਣੀ ਹੈ, ਚਿਕਸ ਬਾਰੇ ਲੈਣੀ ਹੈ, ਜਾਂ ਅੱਗੇ ਕੋਈ ਕੰਮ ਕਰਨਾ ਸ਼ੁਰੂ ਕਰਨਾ, ਤਾਂ ਉਹ ਫੋਨ ਨਾ ਕਰਕੇ ਸਾਡੇ ਫਾਰਮ 'ਤੇ ਆ ਕੇ ਜਾਣਕਾਰੀ ਲੈਣ, ਕਿਉਂਕਿ ਫੋਨ ਕਾਫੀ ਕਾਲਸ ਆਉਂਦੀਆਂ ਨੇ ਤੇ ਇੰਨਾ ਸਮਾਂ ਨਹੀਂ ਦਿੱਤਾ ਜਾਂਦਾ ਫੋਨ 'ਤੇ, ਤਾਂ ਕਿ ਇੱਥੇ ਫਾਰਮ 'ਤੇ ਆ ਕੇ ਜੋ ਵੀ ਗੱਲ ਕਰਨੀ ਹੈ ਸਾਹਮਣੇ ਬਹਿ ਕੇ ਕਰਨ, ਤਾਂ ਸਾਨੂੰ ਵੀ ਸਮਝਾਉਣਾ ਸੌਖਾ ਹੋਏਗਾ ਤੇ ਉਹਨਾਂ ਨੂੰ ਸਮਝਣਾ ਵੀ ਸੌਖਾ ਹੋਏਗਾ। ਸਹੀ ਗੱਲ, ਹਾਂਜੀ, ਉਦਾਂ ਕੋਈ ਦਿੱਕਤ ਨਹੀਂ ਹੈ, ਉਦਾਂ ਕੋਈ ਦਿੱਕਤ ਨਹੀਂ ਜੀ। ਹਾਂਜੀ, ਠੀਕ ਹੈ, ਧੰਨਵਾਦ ਬਾਈ ਜੀ, ਧੰਨਵਾਦ ਜੀ, ਬਹੁਤ ਬਹੁਤ ਤੁਹਾਡੀ ਸਾਰੀ ਟੀਮ ਦਾ। ਲਓ ਭਰਾਓ, ਬਾਈ ਦਾ ਨੰਬਰ ਸਕਰੀਨ ਦੇ ਉੱਪਰ ਹੀ ਦੇ ਦਿੱਤਾ, ਆਪਾਂ ਨੇ ਸੰਪਰਕ ਕਰ ਸਕਦੇ ਹੋ, ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ, ਕਿਉਂਕਿ ਬੜੀ ਮਿਹਨਤ ਦੇ ਨਾਲ ਬਾਈ ਇੱਥੇ ਤੱਕ ਪਹੁੰਚਿਆ। ਧੰਨਵਾਦ।